ਚਮਕੌਰ ਦੇ ਬਸ਼ਿੰਦੋ ਸੁਣੋ, ਖਲਕ ਖੁਦਾ ਦਾ, ਮੁਲਕ ਬਾਦਸ਼ਾਹ ਦਾ, ਹੁਕਮ ਵਜ਼ੀਰ ਖਾਨ ਦਾ, ਧਿਆਨ ਨਾਲ ਸੁਣੋ। ਹਿੰਦ ਦਾ ਪੀਰ ਆਪਣੇ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚਿਆ ਹੈ। ਫੌਜਦਾਰ ਦਾ ਹੁਕਮ ਹੈ, ਜੇ ਕੋਈ ਵੀ ਅਨੰਦਪੁਰ ਦੇ ਗੁਰੂ ਜਾਂ ਉਸ ਦੇ ਸਿੰਘਾਂ ਦੀ ਮਦਦ ਕਰੇਗਾ, ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਪੁੱਤਰ, ਇਹ ਚੋਰੀ ਤਾਂ ਮੈਂ ਤੇਰੇ ਲਈ ਕੁੱਟੀ ਸੀ, ਤੂੰ ਇਹਨੂੰ ਲੈ ਕੇ ਕਿੱਥੇ ਜਾ ਰਿਹਾ? ਮਾਂ, ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਗੜੀ ਵਿੱਚ ਆਏ ਹੋਏ ਨੇ। ਸਾਰੇ ਲੋਕ ਉਹਨਾਂ ਲਈ ਕੁਛ ਨਾ ਕੁਛ ਲੈ ਕੇ ਜਾ ਰਹੇ ਨੇ। ਇਹ ਚੋਰੀ ਮੈਂ ਉਹਨਾਂ ਨੂੰ ਦੇ ਕੇ ਆਵਾਂਗਾ। ਨਾ ਪੁੱਤਰ, ਇੰਝ ਨਾ ਕਰੀ, ਕਿਤੇ ਆਪਣੇ ਤੇ ਕੋਈ ਹੋਰ ਮੁਸੀਬਤ ਨਾ ਆ ਜਾਵੇ। ਕੁੜੇ ਕੁੜੀਏ, ਕਿਉਂ ਮੇਰੇ ਮੁੰਡੇ ਨੂੰ ਡਰਾਉਣ ਲੱਗੀ ਹੈ? ਕੀ ਮਾੜਾ ਕਰਨ ਲੱਗਿਆ ਮੇਰਾ ਲਾਲ? ਤੂੰ ਜਾ। ਮੈਂ ਚੱਲਿਆ ਬੇਬੇ। ਤੂੰ ਮੇਰੇ ਪੋਤੇ ਨੂੰ ਉਹਨਾਂ 40 ਸਿੰਘਾਂ ਵਰਗਾ ਡਰਪੋਕ ਬਣਾਉਂਦੀ ਹੈ ਜਿਹੜੇ ਗੁਰੂ ਸਾਹਿਬ ਨੂੰ ਕਿਲੇ ਵਿੱਚ ਛੱਡ ਆਏ ਸੀ। ਤੈਨੂੰ ਪਤਾ, ਜਦੋਂ ਪਕੌੜੇ ਘਰ ਵਾਪਿਸ ਆਏ ਸੀ ਤਦ ਕਰਦਿਆਂ ਨੇ ਉਹਨਾਂ ਨੂੰ ਕਿੰਨੀਆਂ ਫਿੱਟ ਲਾਂਟਾ ਪਾਈਆਂ। ਲੈ ਪਾ ਲੈ ਚੂੜੀਆਂ ਮੇਰੀਆਂ, ਤੇ ਸਾਂਭ ਆਪਣਾ ਚੌਕਾ ਚੁੱਲਾ, ਤੇ ਤਲਵਾਰ ਮੈਨੂੰ ਆਪਣੀ। ਮੈਂ ਗੁਰੂ ਦੀ ਸਿੰਘਣੀ ਬਣ ਕੇ ਮੈਦਾਨ ਵਿੱਚ ਡਟ ਜਾਨੀ ਆ। ਜੋ ਗੁਰੂ ਦਾ ਸਿੰਘ ਨਹੀਂ, ਉਹ ਸਿੰਘਣੀ ਦਾ ਵੀ ਸਿੰਘ ਨਹੀਂ। ਮੈਂ ਆਪਣੇ ਗੁਰੂ ਦੇ ਦੁਸ਼ਮਣਾਂ ਨਾਲ ਆਪ ਲੜਾਂਗੀ। ਓਏ ਮੂਰਖ, ਸਿਰ ਦੇ ਕੇ ਤੂੰ ਖੰਡੇ ਦਾ ਅੰਮ੍ਰਿਤ ਛਕਿਆ? ਉਹ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਉਹਨਾਂ ਨੇ ਤੈਨੂੰ ਸਿਪਾਹੀ ਬਣਾਇਆ, ਤੇ ਤੂੰ ਉਹਨਾਂ ਨੂੰ ਛੱਡ ਕੇ ਘਰ ਭੱਜ ਆਇਆ? ਤੁਹਾਨੂੰ ਚਾਲੀਆਂ ਨੂੰ ਅੰਨ ਪਕਾਉਣ ਵਾਲੀਆਂ ਰੰਨਾਂ ਬਹੁਤੀਆਂ ਯਾਦ ਆ ਗਈਆਂ। ਮਾਤਾ ਗੁਜਰੀ ਦਾ ਲਾਲ ਵੀ ਤਾਂ ਢਿੱਡੋ ਭੁੱਖਾ ਸੀ। ਸ਼ੇਰ ਦੀ ਗੁਫਾ ਵਿੱਚ ਰਹਿਣਾ ਤੁਹਾਨੂੰ ਰਾਸ ਨਾ ਆਇਆ ਗਿੱਦੜੋ? ਬੰਦੇ ਬਣਨ ਪਏ ਸੀ। ਮਾਫ ਕਰਨਾ ਮਾਂ ਜੀ, ਪੁੱਤਰ ਦੇ ਮੋਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਤੇ ਮੈਂ ਸਿੰਘਣੀ ਹੋਣ ਦਾ ਫਰਜ਼ ਭੁੱਲ ਬੈਠੀ। ਇਸ ਤੋਂ ਪਹਿਲਾਂ ਇਸ ਪਹਿਰੇਦਾਰ ਦੀ ਆਵਾਜ਼ ਮੇਰੇ ਵਾਂਗੂ ਕਿਸੇ ਹੋਰ ਮਾਂ ਨੂੰ ਡਰਾਵੇ। ਸੁਣੋ ਸੁਣੋ ਸੁਣੋ, ਚਮਕੌਰ ਦੇ ਬਸ਼ਿੰਦੋ ਸੁਣੋ, ਖਲਕ ਖੁਦਾ ਦਾ, ਮੁਲਕ ਬਾਦਸ਼ਾਹ ਦਾ। ਹੇ ਵਾਹਿਗੁਰੂ, ਮਿਹਰ ਕਰੀ। ਭਾਗ ਸਿੰਘ ਜੀ, ਉਹ ਵੇਖੋ, ਦੋ ਬੱਚੇ ਝਾੜਿਆਂ ਚ ਲੁਕਦੇ ਹੋਏ ਗੜੀ ਦੇ ਵੱਲ ਨੂੰ ਆ ਰਹੇ ਨੇ। ਚਲੋ ਵੇਖਦੇ ਹਾਂ। ਕੌਣ ਆ ਤੁਸੀਂ? ਅਸੀਂ ਸੁਣਿਆ ਕਿ ਅਨੰਦਪੁਰ ਸਾਹਿਬ ਵਾਲੇ ਗੁਰੂ ਜੀ ਫਿਰ ਗੜੀ ਚ ਆਏ ਹੋਏ ਨੇ ਤੇ ਮੈਂ ਉਹਨਾਂ ਲਈ ਚੂਰੀ ਲੈ ਕੇ ਆਇਆ। ਤੇ ਮੈਂ ਕੀ ਸ਼ੱਕਰ? ਮੁਗਲਾਂ ਨੇ ਤਾਂ ਪਿੰਡ ਵਾਲਿਆਂ ਨੂੰ ਕਿਹਾ ਹੋਇਆ ਕਿ ਸਾਡੀ ਕੋਈ ਮਦਦ ਨਾ ਕਰੇ। ਤੁਹਾਨੂੰ ਡਰ ਨਹੀਂ ਲੱਗਿਆ? ਜੇ ਗੁਰੂ ਸਾਹਿਬ ਮੁਗਲਾਂ ਤੋਂ ਨਹੀਂ ਡਰਦੇ ਤੇ ਫਿਰ ਅਸੀਂ ਵੀ ਕਿਸੇ ਤੋਂ ਨਹੀਂ ਡਰਦੇ। ਸਿੰਘ ਜੀ, ਇਹਨਾਂ ਦੀ ਸੋਗਾ ਜਾ ਕੇ ਗੁਰੂ ਜੀ ਦੇ ਚਰਨਾਂ 'ਚ ਰੱਖ ਦਿਓ ਜੀ। ਇਹ ਕੌਣ ਨੇ? ਇਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ। ਅੱਛਾ ਜੀ, ਸਾਨੂੰ ਵੀ ਆਪਣੇ ਛੋਟੇ ਭਰਾ ਸਮਝ ਕੇ ਆਪਣੀ ਸੈਨਾ 'ਚ ਭਰਤੀ ਕਰ ਲਓ। ਵੀਰ ਜੀ, ਤੁਸੀਂ ਦੱਸਿਆ ਨੀ ਸਾਡੀ ਭੁੱਖ ਤੇ ਪਿਆਸ ਦੀ ਚਿੰਤਾ ਕੀਤੀ ਤੇ ਖਤਰਾ ਮੋਲ ਲਿਆ। ਇਹ ਕੰਮ ਕਿਸੇ ਯੋਧੇ ਸੂਰਮੇ ਤੋਂ ਘੱਟ ਹੈ। ਭਾਗ ਸਿੰਘ ਜੀ, ਇਹਨਾਂ ਦੋਨਾਂ ਨਿੱਕੇ ਯੋਧਿਆਂ ਨੂੰ ਹਿਫਾਜ਼ਤ ਦੇ ਨਾਲ ਇਹਨਾਂ ਦੇ ਘਰ ਪਹੁੰਚਾ ਦਿਓ।